ਜੇ ਤੁਸੀਂ ਅਗੇਤੀ ਸਬਜ਼ੀ ਲਾਉਣੀ ਚਾਹੁੰਦੇ ਹੋ ਜਿਹੜੀ ਬਿਨਾਂ ਲਿਫਾਫੇ ਤੋਂ ਲੱਗਦੀ ਹੈ ਫਰਵਰੀ ਦੇ ਮਹੀਨੇ ਜਿੰਨਾਂ ਦੀ ਬਜਾਈ ਹੁੰਦੀ ਹੈ ਤਾਂ ਜਿੰਨਾ ਚਿਰ ਹੁਣ ਲਗਭਗ 2 ਸਵਾ 2 ਮਹੀਨੇ ਕਿਉਂਕਿ ਫਰਵਰੀ ਦੀ 15 ਤਰੀਕ ਤੋਂ ਆਪਾਂ ਖੁੱਲੇ ਖੇਤਾਂ 'ਚ ਬਜਾਈਆਂ ਜਿਹੜੀਆਂ ਸ਼ੁਰੂ ਕਰਦੇ ਆਂ ਤਾਂ ਲਗਭਗ ਢਾਈ ਮਹੀਨਿਆਂ ਦਾ ਜਿਹੜਾ ਸਮਾਂ ਹੈ ਜੀ 2 ਢਾਈ ਮਹੀਨਿਆਂ ਦਾ ਇਸ ਸਮੇਂ 'ਚ ਆਪਾਂ ਕਿਹੜੀ ਫਸਲ ਜਿਹੜੀ ਉਹ ਲੈ ਸਕਦੇ ਹਾਂ ਜਿੱਦਣ ਸਾਡੇ ਖੇਤ ਆ ਉਹ ਖਾਲੀ ਨਾ ਰਹਿਣ ਤੇ ਉਸ ਬਾਰੇ ਇਸ ਵੀਡੀਓ ਚ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੀ ਉਹ ਸਾਂਝੀ ਕਰਾਂਗੇ ਜੇ ਤਾਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੇਖ ਰਿਹਾ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਵੀਆਂ ਵੀਡੀਓਜ਼ ਆ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਇਹ ਸਾਡਾ ਜਿਹੜਾ ਖੇਤ ਹੈ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਦੋ ਕਿੱਲੇ ਅਸੀਂ ਮੇਥੇ ਦੀ ਬਜਾਈ ਕੀਤੀ ਹੋਈ ਹੈ ਤਾਂ ਮੇਥੇ ਦੀ ਬਜਾਈ ਤੁਸੀਂ ਕਰ ਸਕਦੇ ਹੋ ਮੇਥਾ ਜਿਹੜਾ ਜੀ ਲਗਭਗ ਠੰਡ ਦੇ ਮੌਸਮ ਚ ਇਹ 50 ਦਿਨਾਂ ਦੇ ਵਿੱਚ ਵਿੱਚ ਇਹ ਤਿਆਰ ਹੋ ਜਾਂਦਾ ਤੇ ਗਰਮੀ 'ਚ 35 ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਤੇ ਬੀਜ ਦਾ ਰੇਟ ਹੈ ਜਿਹੜਾ ਜੀ ਉਹ ਅਸੀਂ 40 ਕਿਲੋ ਬੀਜ ਦੇ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੇ ਆ ਜੀ ਪੈਸੇ ਤਾਂ ਅਸੀਂ 60 ਤੋਂ 70 ਕਿਲੋ ਬੀਜ ਵੀ ਗਰਮੀਆਂ 'ਚ ਵਰਤ ਲੈਨੇ ਆ ਪਰ ਇਸ ਟਾਈਮ ਤੇ ਠੰਡ ਦਾ ਮੌਸਮ ਹੈ ਜੀ ਦਸੰਬਰ ਦਾ ਮਹੀਨਾ ਚੱਲ ਰਿਹਾ ਤੇ ਇੱਕ ਸਮੱਸਿਆ ਸਾਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ ਖਾਸ ਕਰਕੇ ਠੰਡ ਦੇ ਸਮੇਂ 'ਚ ਠੰਡ ਦੇ ਸਮੇਂ 'ਚ ਮੇਥੇ ਦੇ ਜਿਹੜੇ ਪੱਤੇ ਆ ਜਿਹੜੇ ਉਹ ਛੋਟੇ ਰਹਿ ਜਾਂਦੇ ਨੇ ਹਾਲੇ ਤਾਂ ਇਹ ਇਹਦੇ ਇਹ ਨਵੇਂ ਪੱਤੇ ਹੀ ਜਿਹੜੇ ਨਿਕਲਨੇ ਸ਼ੁਰੂ ਨਹੀਂ ਹੋਏ ਬਹੁਤ ਥੋੜੇ ਨਵੇਂ ਪੱਤੇ ਜਿਹੜੇ ਨਿਕਲ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਨਵੇਂ ਪੱਤੇ ਆ ਜਿਹੜੇ ਜਿਹੜੇ ਵੱਡੇ ਪੱਤੇ ਆ ਜਦੋਂ ਇਹਨੇ ਮੈਚੁਰ ਹੋਏ ਨਾ ਤਾਂ ਪੱਤੇ ਛੋਟੇ ਰਹਿ ਜਾਂਦੇ ਆ ਇਸ ਕਰਕੇ ਅਸੀਂ ਬੀਜ ਦੀ ਮਾਤਰਾ ਥੋੜੀ ਜੀ ਘੱਟ ਰੱਖੀ ਆ ਜਿਹਦੇ ਨਾਲ ਪਲਾਂਟ ਤੋਂ ਪਲਾਂਟ ਜਿਹੜਾ ਜਿਹੜਾ ਬੂਟਾ ਥੋੜਾ ਜਿਆਦਾ ਵੱਡਾ ਹੋ ਸਕੇ ਤੇ ਪੱਤਿਆਂ ਦਾ ਜਿਹੜਾ ਸਾਡਾ ਮਤਲਬ ਚੌੜਾਪਨ ਜਿਹੜਾ ਆ ਸਕੇ ਕਿਉਂਕਿ ਪੱਤੇ ਜਦੋਂ ਛੋਟੇ ਹੁੰਦੇ ਆ ਤਾਂ ਫਿਰ ਮਾਰਕੀਟ 'ਚ ਸਾਨੂੰ ਰੇਟ ਜਿਹੜਾ ਉਹ ਸਹੀ ਨਹੀਂ ਮਿਲਦਾ 40 ਕਿਲੋ ਤੱਕ ਬੀਜ ਦੀ ਆਪਾਂ ਇੱਥੇ ਵਰਤੋਂ ਕੀਤੀ ਆ ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਨਦੀਨ ਨਾਲ ਲਈ ਅਸੀਂ ਇਹਤੇ ਪੈਂਡਾ ਮੈਥਾਲੀਨ ਦੀ ਵਰਤੋਂ ਜਿਹੜੀ ਉਹ ਕੀਤੀ ਹੈ ਜੀ 1 ਲੀਟਰ ਜਿਹੜੀ ਹੈ ਜੀ ਉਹ ਅਸੀਂ ਵਰਤੀ ਹੈ ਡੇਢ ਏਕੜ ਦੇ ਵਿੱਚ 1 ਲੀਟਰ 200 ਲੀਟਰ ਪਾਣੀ ਚ ਮਿਕਸ ਕਰਕੇ ਤਾਂ ਉਸ ਤੋਂ ਬਾਅਦ ਅਸੀਂ ਪਾਣੀ ਲਗਾਉਣ ਤੋਂ ਬਾਅਦ ਪੈਂਡਾ ਮੈਥਾਲੀਨ ਦੀ ਜਿਹੜੀ ਸਪਰੇਅ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਇਸ ਖੇਤ ਦੇ ਵਿੱਚ ਅਸੀਂ ਅ ਮਿਰਚ ਵਗੈਰਾ ਦੀ ਬਜਾਈ ਜਿਹੜੀ ਕਰਾਂਗੇ ਫਰਵਰੀ ਚ ਓਪਨ ਫੀਲਡ ਦੇ ਵਿੱਚ ਕੁਝ ਮਿਰਚ ਕਰਾਂਗੇ ਕੁਝ ਵਾਟਰਮੈਲਨ ਉਹਨੇ ਇੱਕ ਸਮੱਸਿਆ ਆ ਸਕਦੀ ਹੈ ਜੀ ਕਿਸੇ ਕਿਸੇ ਟਾਈਮ ਤੇ ਕਿ ਧੋੜੀਆਂ ਦੇ ਵਿੱਚ ਜਿੱਦਾਂ ਇਹ ਤੁਸੀਂ ਦੇਖ ਸਕਦੇ ਹੋ ਕੁਝ ਧੋੜੀਆਂ ਦੇ ਵਿੱਚ ਬੂਟੇ ਸੁੱਕਣ ਦੀ ਸਮੱਸਿਆ ਜਿਹੜੀ ਮੇਥਿਆਂ ਦੇ ਵਿੱਚ ਖਾਸ ਕਰਕੇ ਆ ਜਾਂਦੀ ਹੈ ਉਸ ਤੋਂ ਬਚਾਲੀ ਤੁਸੀਂ ਇਸ ਤੇ ਕੋਈ ਵੀ ਫੰਗੀਸਾਈਡ ਉਹਦੀ ਡ੍ਰਿੰਚਿੰਗ ਕਰਨੀ ਪਊ ਪਾਣੀ ਹੈ ਜੀ ਡ੍ਰਿੰਚਿੰਗ ਦਾ ਮਤਲਬ ਹੈ ਕਿ ਬੂਟੇ ਦੇ ਬੂਟੇ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਨਵਾ ਕੇ ਦੇ ਜੜਾਂ ਤੱਕ ਪਾਣੀ ਸਾਨੂੰ ਭੇਜਣਾ ਪਊਗਾ ਤੇ ਗ੍ਰੋਥ ਰੈਗੂਲੇਟਰ ਗ੍ਰੋਥ ਬੂਸਟਰ ਇਹਤੇ ਵਰਤਨੇ ਪੈਣਗੇ ਸਾਨੂੰ ਕਿਉਂਕਿ ਠੰਡ ਦੇ ਵਿੱਚ ਜਿਹੜਾ ਬੂਟਾ ਉਹ ਛੇਤੀ ਗ੍ਰੋਥ ਨਹੀਂ ਕਰਦਾ ਤਾਂ ਇਸ ਲਈ ਤੁਸੀਂ ਜਿਬਰੈਲਿਕ ਐਸਿਡ ਦੀ ਵਰਤੋਂ ਕਰ ਸਕਦੇ ਹੋ ਜਾਂ ਕਿਸੇ ਚ ਕੰਪਨੀ ਦੀ 111 ਲੈ ਕੇ ਉਹਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਆਪਣੇ ਕੋਈ ਸੀ.ਐਲ. ਦੀ ਜਿਹੜੀ ਸਟਾਰਟਰ ਦਵਾਈ ਆਉਂਦੀ ਹੈ ਉਹਦੀਆਂ ਸਪਰੇਅ ਕਰ ਸਕਦੇ ਹੋ ਇਹ ਤੁਹਾਨੂੰ ਇਹ ਥੋੜੀ ਜੀ ਯੂਰੀਆ ਦੀ ਡਿਮਾਂਡ ਵੀ ਇੱਥੇ ਕਰਨੀ ਪਊਗੀ 1 ਕਿੱਲੇ 'ਚ ਲਗਭਗ 1 ਤੋਂ 2 ਬੋਰੀਆਂ ਯੂਰੀਆ ਜਿਹੜੀਆਂ ਉਹ ਦੇਣੀਆਂ ਪੈ ਸਕਦੀਆਂ ਠੰਡ ਦੇ ਮੌਸਮ ਦੇ ਕਾਰਨ ਲੋਡ ਅਨਸਾਰ ਕਿਕ ਤੁਹਾਨੂੰ ਲੋਡ ਜਾਪੇ ਜਰੂਰਤ ਜਾਪੇ ਪੀ ਗਰੋਥ ਨਹੀਂ ਹੋ ਰਹੀ ਤਾਂ ਯੂਰੀਆ ਦੀ ਜ਼ਬਰਦਸਤੀ ਕਰ ਸਕਦੇ ਹੋ ਜਾਂ ਜਿਹੜੀਆਂ ਜੋ ਸਪਰੇਅਾਂ ਦਸੀਆਂ ਜੀ ਉਹ ਤੁਸੀਂ ਸਪਰੇਅਾਂ ਕਰ ਸਕਦੇ ਹੋ ਉਹਦੇ ਨਾਲ ਤੁਹਾਡੀ ਜਿਹੜੀ ਗਰੋਥ ਹੈ ਕੁਝ ਹੱਦ ਤੱਕ ਮੇਨਟੇਨ ਹੋ ਜਾਊਗੀ ਤੇ ਔਨ ਐਨ ਐਵਰੇਜ ਤੇ ਇਹਨਾਂ ਖੇਤਾਂ ਚ ਲਾਉਣ ਲਈ ਸਾਡੀਆਂ ਪਨੀਰੀਆਂ ਜਿਹੜੀਆਂ ਉਧਰ ਤਿਆਰ ਹੋ ਰਹੀਆਂ ਜੀ ਉਧਰ ਸਾਡਾ ਸਾਰਾ ਪਨੀਰੀਆਂ ਦਾ ਸੈਟਅਪ ਲੱਗਾ ਹੋਇਆ ਤੇ ਕਿਸੇ ਵੀ ਤਰ੍ਹਾਂ ਦੀ ਪਨੀਰੀ ਜਿਹੜੀ ਕਿਸੇ ਵੀ ਸੱਜਣ ਮਿੱਤਰ ਨੂੰ ਚਾਹੀਦੀ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਸਕਰੀਨ ਤੇ ਨੰਬਰ ਦਿੱਤੇ ਗਏ ਨੇ ਜੇ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ